ਮੈਨੂੰ ਤਾਂ ਕੱਪੜੇ ਦਿਖਾਈ ਲੈ ਜੀ। ਕਿਵੇਂ ਫਿਰ ਜੀ? ਵਧੀਆ ਜੀ ਬਾਈ ਜੀ। ਫਿਰ ਜੀ ਕੱਪੜੇ ਨਹੀਂ ਦਿਖਾਣਾ? ਨਾ ਬਾਈ, ਕੱਪੜੇ ਦਿਖਾਣਾ ਬਾਈ, ਤੂੰ ਦੱਸ ਕੀ ਲੈਣਾ? ਮੈਂ ਵੀ ਕੱਪੜੇ ਲੈਣਾ ਹੈ, ਮੈਂ ਤਾਂ ਜਲੇਬੇ ਲੈਣਾ ਹੈ। ਤੈਨੂੰ ਕੱਪੜੇ ਚੰਗੇ ਨਹੀਂ ਦਿੰਦੇ ਹੈਗੇ? ਕੀ ਕੁਝ ਮਿਲ ਜਾਂਦਾ? ਸਾਰਾ ਕੁਝ ਹੀ ਮਿਲ ਜਾਂਦਾ ਕੱਪੜਿਆਂ ਦੇ ਵਿੱਚ, ਕੀ ਹੁੰਦਾ ਹੈਗਾ? ਮੈਂ ਹੁਣ ਤੈਨੂੰ ਹੈਂਗਰ 'ਚ ਜਲੇਬੀਆਂ ਟੰਗ ਬੈਠਾ। ਮੈਂ ਯਾਰ ਤੈਥੋਂ ਕੱਪੜੇ ਲੈਣ ਆਇਆ ਸੀ। ਲੈ ਲਾ ਬਈ, ਕੱਪੜਿਆਂ ਦੀ ਦੁਕਾਨ ਹੀ ਆਪਣੀ। ਉਹ ਕੱਪੜੇ ਦਾ ਲੈ ਜੂੰ, ਪਹਿਲਾਂ ਵੀ ਲੈਣ ਗਿਆ ਆਇਆ ਸੀ ਮੈਂ। ਹਾਂ ਉਹ ਮੈਂ ਲੈ ਗਿਆ। ਹਾਂ ਮੈਂ ਸਾਡੇ ਲੈ ਗਿਆ, ਥੋੜਾ ਜਿਹਾ ਵੀ ਨਹੀਂ ਚੱਲੇ ਉਹਦੀ ਪਾਟ ਗਈ। ਥੋੜਾ ਕਿੰਨਾ ਕੁ ਚਿਰ ਨਹੀਂ ਚੱਲੇ? ਬਸ ਆਹੀ 2 ਸਾਲ। ਮੈਂ ਹੁਣ ਤੈਨੂੰ ਜੀਵਨ ਬੀਮਾ ਕਰਕੇ ਦੇਵਾਂ। ਫਿਰ ਤੁਰਨੇ ਤਾਂ ਚਾਹੀਦੀ ਯਾਰ 2-2.5 ਸਾਲ। 2-2.5 ਸਾਲਾਂ ਨੂੰ ਤੂੰ ਗਾ ਹਾਂ ਜੀ, ਨਾ 21 ਬ੍ਰਾਂਡ ਦੇ ਲੈ ਕੇ ਗਿਆ, ਲੈ ਕੇ ਤਾਂ ਤੂੰ 100-100 ਵਾਲੇ ਭਾਲਦਾ ਸੀ। ਅਸੀਂ ਤਾਂ ਬੇਇੱਜ਼ਤੀ ਕਰੇ ਯਾਰ। ਬੇਇੱਜ਼ਤੀ ਕਾਹਦੀ ਅੱਜ ਤੂੰ ਲੈ ਗਈ 100 ਵਾਲੇ? ਯਾਰ ਇੱਕ ਤਾਂ ਮੈਨੂੰ ਲੋੜ ਦੇ, ਇੱਕ ਮੈਨੂੰ ਦੇ ਟੀ ਹਲਟ। ਕੀ ਦੇਣਾ ਕੀ? ਇੱਕ ਤਾਂ ਦੇ ਦੇ ਯਾਰ ਲੋੜ, ਇੱਕ ਟੀ ਹਲਟ। ਕਾਹਦਾ ਲੋੜ? ਉਹ ਆਹ ਪਜਾਮਾ ਜਾ। ਇਹਨੂੰ ਲੋੜ ਕਹਿੰਦੇ ਆ ਪਤੰਦਰਾ? ਮੈਂ ਆਖਿਆ, ਮੈਂ ਕਿਹਾ ਪਤਾ ਨਹੀਂ ਕਿਹੜੀ ਇਹ ਟਰਾਲੀ ਭਰਨ ਆ ਗਿਆ। ਮੈਨੂੰ ਕਿਹੜਾ ਪਤਾ, ਤੂੰ ਦੇਖ ਦੇਸੀ ਆ ਬੰਦਾ ਯਾਰ। ਕਿੰਨੇ ਕੁ ਨੰਬਰ ਆਊਗਾ ਤੇਰੇ? ਐਲ ਕਹੂ ਕਿ ਐਕਸਲ? ਉਹ ਮੇਰੇ ਨਹੀਂ, ਜਵਾਕ ਦੇ ਮੇਜ ਦੇ ਲੈਣੇ ਆ। ਜਵਾਕ ਲਿਆ ਫਿਰ? ਉਹੀ ਯਾਰ, ਉਹ ਹੁਣ 8-8 ਸਾਲ ਦਾ। 8-8 ਸਾਲਾਂ ਦਾ ਨਹੀਂ ਯਾਰ, ਕੋਈ ਲੰਬਾ ਹੁੰਦਾ, ਕੋਈ ਮੋਟਾ ਹੁੰਦਾ, ਕੋਈ ਹੋਰ। 22-23 ਨੰਬਰ ਦੇ ਦੇ। 22-23 ਨੰਬਰ? ਉਹ ਬਾਈ, ਉਹ ਪੈਰੀ ਹੱਥ ਲਵਾ ਲਾ, ਉਹ ਲੋ 67 ਦੀ 28 ਨੰਬਰ ਤੋਂ ਹੁੰਦੀ ਆ। 28 ਦੇ। ਅਠਾਈ ਦੇ ਦੇ। ਜਵਾਕ ਦੀ ਪਾਉਣੀ ਮੈਂ ਕਿਹੜਾ ਪਾਉਣੀ? 28 ਨੰਬਰ ਲੋ ਰੇ ਯਾਰ, ਦੇਖਦਾ ਬਾਈ ਯਾਰ। ਬਿਠਾਓ ਵੀ ਗੁਲਾਬੀ ਜੀ। ਹਲੋ ਰਾ ਬਈ, ਉਹ ਛੱਟ, ਇਹ ਤਾਂ ਵੀ ਨਿਕਲੇ ਹੀ। ਉਹੀ ਕਿਵੇਂ ਨਿਕਲੇ ਹੀ? ਦੁਕਾਨ ਤੇਰੀ ਹੈ ਕਿ ਮੇਰੀ ਆ? ਓਕੇ, ਉਹ ਪਈ ਗੁਲਾਬੀ ਜੀ ਤੇਰੀ ਹੋਣੀ ਤਾਂ ਤੂੰ ਦੇ। ਹੋਣੀ ਕੀ ਮੇਰੀ ਆ? ਮੈਂ ਲਾਇਆ ਗਾ ਰੇਟ 1 ਲੱਖ ਰੁਪਇਆ, ਮੈਨੂੰ ਪਤਾ ਗਾ। ਚੱਲ ਫਿਰ ਤੂੰ ਕੱਢ ਕੱਢ। ਤੈਨੂੰ ਪਤਾ ਨਹੀਂ ਹੈਗਾ ਹਨਾ ਲੀੜੇ ਲੂੜੇ ਦਾ? ਲੈ ਤੂੰ ਕੱਢ ਲਾ ਫਿਰ, ਆ ਜਾ ਕੱਢ ਲਾ। ਨਾ ਮੈਨੂੰ ਤਾਂ ਕਾਹਨੂੰ ਪਤਾ। ਫਿਰ ਬੇਟਾ ਤੈਨੂੰ ਜਮੀ ਪਤਾ ਨਹੀਂ ਹੋਈ। ਉਹ ਬਾਈ ਹੱਥ ਬੰਨੇ, ਓਏ ਹੱਥ ਬੰਨੇ ਬਾਈ, ਲੈਣੇ ਆ ਲੈ ਲਾ, ਮੈਂ ਆਪੇ ਦਿਖਾ ਦੂ ਤੈਨੂੰ 28 ਨੰਬਰ ਲੋਰ। ਦਿਖਾ ਦੇ ਯਾਰ, ਮੈਨੂੰ ਤਾਂ ਮੇਜ ਮੂਜ ਵੀ ਹੈ ਨਹੀਂ। ਆ ਪਿਆ ਓਏ, ਲੈ ਕੱਢ। ਕੱਢਦਾ ਬਾਈ ਕੱਢਦਾ। ਮੈਂ ਕਹਿੰਦਾ ਸੀ ਬਾਈ, ਓ ਹਾਂ ਲੋਰਾਂ ਦਾ ਸੀਜ਼ਨ ਤਾਂ ਹੁਣ ਗਿਆ, ਹੁਣ ਤਾਂ ਆ ਗਈ ਠੰਡ, ਤੂੰ ਮੈਂ ਕਹਿੰਦਾ ਜਵਾਕ ਵਾਸਤੇ ਪੈਂਟਾਂ ਲੈ ਜਾ, ਨਾਲੇ ਜਵਾਕ ਪਾ ਕੇ ਰਾਜੀ ਆ। ਓਏ ਉਹ ਪਾਉਂਦਾ ਨੀਗਾ ਪੈਂਟਾਂ। ਕਿਹੜਾ ਜਿਹਾ ਜਵਾਕ ਜੰਮਿਆ ਤੂੰ? ਏ ਜਵਾਕਾਂ ਵਰਗਾ ਜਵਾਕ ਜੰਮਿਆ? ਮੈਂ ਕਿਹੜਾ ਡੰਗਰ ਜੰਮਿਆ? ਜਿਹੜੇ ਹਿਸਾਬ ਨਾਲ ਪੈਂਟਾਂ ਨਹੀਂ ਪਾ ਕੇ ਰਾਜੀ, ਮੈਨੂੰ ਤਾਂ ਲੱਗਦਾ ਤੂੰ ਡੰਗਰ ਹੀ ਜੰਮਿਆ ਹੋਣਾ। ਯਾਰ ਤੂੰ ਕੱਢ ਕੇ ਦੇ ਮੈਨੂੰ, ਕੱਢ ਦੇ। ਓਏ ਕਦਾ ਕੱਛਾ ਆ ਦੇ ਦੇ, ਓਏ ਪਾਲੂ ਉਹ ਜੀਨ ਤੇਰਾ ਪਿਓ ਪਾਉਂਦਾ ਨੀ ਤੇਰਾ ਕੁਛ ਲੱਗਦਾ, ਉਹ ਮੁੰਡਾ ਤੇਰਾ ਨਿੱਕਰ ਪਾਲੂ। ਫਿਰ ਜੀਣਾ ਇਹ ਕੱਛਾ ਜਾ, ਉਈ ਨਾ 20 ਰੁਪਏ ਦਾ ਕੱਛਾ ਸਾਰਾ ਇਹ। 20 ਦਾ ਕਾਹਨੂੰ ਆ? ਮੈਨੂੰ ਪਤਾ ਨੀ, ਜਦੋਂ ਮੈਂ ਜਾਣਾ ਮੰਡੀ ਉੱਥੇ ਅਗਲੇ ਛੱਲ ਲਾ ਦਿੰਦੇ ਆ ਕੱਪੜੇ ਤੋਂ ਮੰਡੀ ਚ ਲੈ ਕੇ ਆਉਣਾ ਓਏ। ਨਾ ਬਾਈ ਸਬਜ਼ੀ ਮੰਡੀ ਚ, ਉੱਥੇ ਵੀ ਕੱਪੜੇ ਆਉਣ ਲੱਗੇ। ਤੈਨੂੰ ਪਤਾ ਨੀ ਹੁਣ ਵੀ ਕੱਪੜੇ ਵਾਲੀ ਕੱਪੜੇ ਮੰਡੀ ਚ ਹੀ ਆਉਣਗੇ। ਮੈਂ ਕਿਤੇ ਕੱਪੜੇ ਦੁਕਾਨਾਂ ਜਾਂਦੇ ਆ। ਚੱਲ ਯਾਰ ਤੂੰ ਕੱਢ, ਦੁਕਾਨਾਂ ਵੀ ਮੰਡੀ ਚ ਹੀ ਹੁੰਦੀਆਂ। ਹੋਏ ਤਾਂ ਇਹਦੇ ਕੋਲ ਜਵਾਕਾਂ ਵੀ ਮਰ ਜਾਂਦੇ। ਲੈ ਬਾਈ ਆ 28 ਨੰਬਰ, ਵਧੀਆ ਬਲੋਰ ਆ, ਪੂਰੀ ਕੁਆਲਿਟੀ ਦੀ ਆ। ਪੁੱਤ ਮੈਨੂੰ ਤਾਂ ਆਪਦੇ ਪਿਓ ਵਰਗੀ ਸਮਝ ਆ। ਪਿਓ ਪੂਤਾ ਨੇ ਜਾਈ, ਮੈਂ ਛਿੱਲ ਲਾ ਦੂੰਗਾ ਸਾਰੇ ਦੀ, ਮਾਰ ਮਾਰ ਚੱਪਲਾਂ।
ਤਾਕੜੀ ਹੋਰ ਕਿਹੋ ਜਿਹੀ ਹੁੰਦੀ ਆ? ਲੋਹਰ ਇਹੋ ਜਿਹੀ ਹੁੰਦੀ ਆ ਪਾਉਣ ਵਾਲੀ ਜਵਾਕਾਂ ਦੇ? ਮੋਟੀ ਜੀ ਸਿਆਲ ਚ ਪਾਉਣ ਵਾਲੀ ਮੋਟੀ ਇਹ ਏਦੂ ਮੋਟੀ ਤਾਂ ਤੈਨੂੰ ਉਹ ਸੇਠ ਯਾਰ ਮੈਂ ਤਾਂ ਐਂ ਕਹਿੰਦਾ ਸੀ ਹਾਂ ਉਹ ਜਿਹੜੇ ਪਹਿਲਾਂ ਲੈ ਗਏ ਸੀ 2 ਸਾਲ ਹੀ ਚੱਲੇ ਸੀ, ਮੈਂ ਤਾਂ ਕਹਿੰਦਾ ਸੀ ਤਾਕੜੀ ਜੀ ਦੇ ਮੜੀ। ਉਹ ਜਿਹੜੇ 2 ਸਾਲ ਚੱਲ ਗਏ ਪਤਾ ਨਹੀਂ ਤੂੰ ਕਿਹੜੇ ਲਿਆਇਆ ਹੋਊਗਾ ਕੱਪੜੇ, ਉਹ ਤੂੰ ਇੱਥੋਂ ਲੈ ਗਿਆ ਸੀ? ਇੱਥੋਂ ਹੀ ਲੈ ਕੇ ਗਿਆ ਸੀ, ਦੁਕਾਨ ਦਾ ਪਰਸੋਂ ਉਦਘਾਟਨ ਕਰਾਇਆ, ਤੂੰ ਕਿੱਥੋਂ ਲੈ ਗਿਆ 2 ਸਾਲ ਪਹਿਲਾਂ? ਐਂ ਜੇ ਕੀ ਕਰਦਾ ਯਾਰ ਤੂੰ, ਕਲੰਨ ਨਹੀਂ ਲੱਗਦਾ ਬਈ ਮੈਨੂੰ ਕਲੰਨ, ਤੂੰ ਆ ਉਹ ਯਾਰ ਦੁਕਾਨ। ਪੁੱਤ ਤੂੰ ਆ ਦੇ ਮੈਨੂੰ ਲੋਰ ਚੱਜ ਦਾ। ਹਾਂ ਆ ਹੋਰ ਯਾ ਪੂਲਾ ਆ ਪੂਲਾ ਆ, ਅਰਜਾਈਆਂ ਬੰਨ ਲੈਨੇ ਆ ਫਿਰ। ਰਜਾਈਆਂ ਬੰਨ ਲਾ ਮੈਨੂੰ ਜਾਂ ਤੇਰੀ ਦਿਖਾਣ ਬੰਨ ਲਾ ਰਜਾਈਆਂ, ਤੂੰ ਲੋਰ ਦੀ ਗੱਲ ਕਰ ਜਿਹੜੀ ਲੈਣੀ ਆ ਤੂੰ। ਆ ਕੀ ਆ ਓਏ, ਲੋਰ ਹੀ ਆ ਇਹ, ਆਹ ਯਾ ਲੋਰ ਹੁੰਦਾ ਓਏ, ਹੋਰ ਕਹਿਰ ਜਾਂਦਾ ਲੋਰ ਆ ਕੇ ਪੈਂਟਾ ਹੋਏ ਮੈਨੂੰ ਨਹੀਂ ਪਤਾ ਲੱਗਦਾ। ਉਹ ਲੋਰ ਆ ਬਾਈ ਲੋਰ ਓਏ, ਕਨ ਜਾਕਟ ਜੀ ਦੇ ਓਏ ਜਾਕਟ ਜਵਾਹ ਦੇ ਮੇਜ ਦੀ ਯਾਰ ਹੇਠਾ ਤੂੰ ਲੱਭ ਫਿਰ ਲੋਰ ਹੀ ਲੈ ਬਾਈ, ਲੱਭੀ ਪਈ ਆ ਇਹਨੂੰ ਕੀ ਲੱਭਣਾ ਆਪਾਂ। ਓ ਸੇਠਾ ਹਜੇ ਕੱਪੜੇ ਦੇਣਾ ਓਏ, ਉਹ ਰੱਖ ਤੂੰ ਇਹਨੂੰ, ਇਹ ਜਵਾਕਾਂ ਲਿਆ ਓਏ। ਮੈਂ ਵੀ ਜਵਾਕ ਦੀ ਲੈਣਾ ਆ, ਮੈਂ ਕਿਹੜਾ ਤੇਰੇ ਪੈ 6 ਮਹੀਨਿਆਂ ਦੇ ਜਵਾਕ ਦੇ ਆ, ਤੇਰਾ ਜਵਾਕ ਤਾਂ ਕੱਟਾ ਤਾਂ ਤੇਰਾ ਜਵਾਕ ਹੋ ਰਿਹਾ ਹੈਗਾ ਯਾਰ ਵੀ, ਮੈਂ ਸਾਹ ਨਾ ਆਈ ਮੈਂ ਕੱਟੀ ਜੰਮੀ ਜਾਊਂਗਾ। ਓ ਬਾਈ ਕੋਈ ਹੈਗਾ ਬਾਹਰ ਓਏ, ਓ ਇਹਨੂੰ ਲੈ ਜਾਓ ਫੜ ਕੇ ਕੋਈ ਓਏ। ਓਏ ਤੂੰ ਲੋਰ ਦੇ ਦੇ ਲੋਰ ਇਹਨੂੰ ਯਾਰ, ਤੂੰ ਐਂ ਕਦੇ ਕਰਦਾ ਕਰਦਾ ਇਹਨੂੰ ਆਏ ਯਾਰ, ਤੂੰ ਕਾ ਵੀ ਦੇਈ ਦੇ ਕੀ ਤੂੰ ਰੱਖ ਦੇ ਇਹ ਯਾਰ, ਉਹਨਾਂ ਨੇ ਜਦੋਂ ਫਿਰ ਤੂੰ ਲੈ ਆ ਕੇ ਕਰੇਗਾ ਇਹਨੂੰ? ਉਹ ਮੇਰੇ ਇੱਕ ਛੋਟੀ ਕੁੜੀ ਆ ਉਹ ਪਾਲੂਗੀ, ਤੂੰ ਰੱਖ ਲਾਂਗੇ ਕਿਵੇਂ ਕਰਦਾ ਯਾਰ ਤੂੰ ਇੱਕ ਸੇਠ। ਹਾਂ ਬਈ, ਪੁੱਤ ਬਣ ਕੇ ਸ਼ੇਰ ਬਣ ਕੇ ਹਾਂ ਤੇਰੀ ਬੀਬੀ ਦਾ ਸੂਟ ਦਿਖਾ ਵਧੀਆ ਆ ਤੇਰੀ ਬੀਬੀ ਵਾਸਤੇ। ਉਹ ਬੀਬੀ ਤੇ ਨਾ ਜਾ ਮੇਰੀ ਤੇ, ਉਹ ਮੈਂ ਚੱਪਲਾਂ ਨਾਲ ਹੀ ਛਿੱਲ ਲੂੰ। ਓਏ ਤੂੰ ਠੰਡਾ ਰਹਿ ਕਾਬਰ ਨਾ, ਉਹ ਤੇਰੀ ਆਂਟੀ ਵਾਸਤੇ, ਉਹ ਵੀ ਤੇਰੀ ਬੀਬੀ ਵਰਗੀ ਹੋਈ। ਮੇਰੀ ਬੀਬੀ ਵਰਗੀ ਕਿਵੇਂ ਹੋਈ? ਓਏ ਤੇਰੀ ਬੀਬੀ ਵਰਗੀ ਲੈ, ਤੇਰੀ ਬੀਬੀ ਤੇ ਮੇਰੀ ਘਰ ਵਾਲੀ ਵਾਸਤੇ ਕੀ ਫਰਕ ਆ ਯਾਰ? ਫਰਕ ਕਾਹਨੂੰ ਨਹੀਂ, ਉਹਨੂੰ ਤਾਂ ਮਰੀ ਨੂੰ 30 ਸਾਲ ਹੋ ਗਏ, ਦੇ ਦੇ ਉਹਨੂੰ ਬੀਬੀ ਵਰਗਾ ਸੂਟ। ਐਂ ਕਰ ਵਧੀਆ ਤਕੜਾ ਸੂਟ ਦੇ, ਤਕੜਾ ਸੂਟ ਲੱਗਦਾ ਤਕੜੇ ਸੂਟ ਦਾ, ਤਕੜੇ ਸੂਟ ਤੂੰ ਦੱਸ ਵੀ ਉਹਨੂੰ ਕਾਲ ਕਰਾਉਣੀ ਉਹਦੇ ਨਾਲ। ਮੇਰੇ ਕੋਲ ਕੌਣ ਕਰਦਾ, ਤੂੰ ਸੇਠਾ ਇੱਲੀ ਫਿਰਦਾ ਯਾਰ, ਤੇ ਇੰਨੀ ਤਕੜੀ ਕੋਈ ਸੂਟ ਵੀ ਨਹੀਂ ਮੰਗਦਾ ਜਿੱਡਾ ਤੂੰ ਮੰਗੀ ਜਾਂਦਾ। ਲੇਡੀ ਸੂਟ ਤਾਂ ਦਿਖਾ ਤੂੰ ਯਾਰ ਤੇਰੀ ਬੀਬੀ ਵਾਸਤੇ, ਦਿਖਾਓ ਨਾ ਇੱਕ ਮਿੰਟ। ਬਾਬਾ ਤੂੰ ਆਹ ਮੰਗਦਾ ਸੀ ਨਾ ਸੂਟ ਜਵਾਕਾਂ ਵਾਸਤੇ ਸੱਚ? ਹਾਂ ਯਾਰ ਮੈਂ ਜਵਾਕਾਂ ਵਾਸਤੇ ਮੰਗਦਾ ਸੀ। ਆ ਆਪਣੇ ਪਵਾ ਫਿਰ ਤੂੰ ਆਪਦੇ ਜਵਾਬ ਨੂੰ, ਇਹ ਕੱਪੜੇ ਪਾ ਕੇ ਭਾਵੇਂ ਤੇਰਾ ਬਹੁਤ ਕੋਠੇ ਤੋਂ ਛਾਲ ਮਾਰ ਲੈ ਫਿਰ ਵੀ ਇਹ ਕੱਪੜਿਆਂ ਨੂੰ ਕੁਛ ਨਹੀਂ ਹੁੰਦਾ। ਉਹ ਚੱਲ ਕੱਪੜਿਆਂ ਨੂੰ ਕੁਛ ਨਹੀਂ ਹੁੰਦਾ ਤੇ ਜਵਾਕ, ਜਵਾਕ ਨੂੰ ਕੀ ਹੋਣਾ? ਜਵਾਹ ਦੀ ਲੱਤ ਵੱਢ ਜਦੋਂ ਕੱਪੜੇ ਉੱਤੇ ਪਾਏ ਆ ਤੂੰ, ਫਿਰ ਉਹ ਜਵਾਕ ਨੂੰ ਕੀ ਹੋਣਾ? ਉਹ ਕੱਪੜੇ ਦਾ ਯਾਰ ਮੈਂ ਇਹਨਾਂ ਦਾ ਖਸ਼ਾ ਕੋਠੇ ਛਾਲ ਮਾਰਦਾ ਫਾੜ ਦਿੱਤਾ ਇਹ ਨਹੀਂ, ਤੂੰ ਇਹਨਾਂ ਦਾ ਤਾਂ ਪੈਰਾਸ਼ੂਟ ਬੰਨ ਜੂ ਤੂੰ ਜਵਾਕ ਦੇ ਪਾਏਗਾ। ਮੈਂ ਇਹਨਾਂ ਨੂੰ ਧਰਤੀ ਤੋਂ ਬਾਹਰ ਕੱਢਣਾ ਪੈਰਾਸ਼ੂਟ ਕਾਹਦੇ ਵਾਸਤੇ ਹੋਈ? ਧਰਤੀ ਤੋਂ ਬਾਹਰ ਪੈਰਾਸ਼ੂਟ ਨਾ ਜਾਂਦਾ ਚੰਨ ਤੇ ਭੇਜਣਾ ਉਹਨੂੰ ਮੈਂ, ਲੈ ਭੇਜਣਾ ਚੰਨ ਤੇ ਕੱਪੜੇ ਦੇ ਤੂੰ ਇਹਨਾਂ ਯਾਰ ਤੂੰ ਐਂ ਕਰ। ਹਾਂ ਹੈ ਨਹੀਂ ਤੇਰੇ ਬਸ ਦਾ ਕੰਮ, ਤੂੰ ਤੇਰੀ ਬੀਬੀ ਵਾਸਤੇ ਦਿਖਾ ਯਾਰ। ਮੇਰੀ ਬੀਬੀ? ਤੇਰੀ ਆਂਟੀ? ਸਿੱਧੀ ਗੱਲ ਜੀ ਬੋਲ ਤੂੰ, ਲੈ ਆ ਫੜ ਬੀਬੀ ਵਾਸਤੇ ਵੀ, ਅੱਜ ਕੱਲ ਕੁੜੀਆਂ ਪਾਉਂਦੀਆਂ ਬਹੁਤ। ਉਹ ਕੁੜੀ ਨਹੀਂ ਆਈ ਭਰਾ, ਉਹ ਤੇਰੀ ਬੀਬੀ ਆ। ਮੇਰੀ ਬੀਬੀ? ਤੇਰੀ ਬੀਬੀ ਕਿੱਥੋਂ ਆ ਗਈ ਪਤੰਦਰਾ? ਉਹ ਤੇਰੀ ਬੀਬੀ ਵਰਗੀ, ਤੇਰੀ ਮੈਂ ਦਿਖਾ ਤੇਰੀ ਬੀਬੀ ਵਾਸਤੇ। ਆ ਦਿਖਾਇਆ ਤਾਂ ਹੈ ਯਾਰ ਤੈਨੂੰ, ਉਹਦਾ ਕੁੱਤੀਆਂ ਦੇ ਪਾਉਣ ਵਾਲਾ ਯਾਰ। ਓਏ ਬਾਈ ਕੱਪੜੇ ਬੰਦਿਆਂ ਵਾਲੇ ਮਿਲਦੇ ਇੱਥੇ, ਕੁੱਤੀਆਂ ਵਾਲੇ ਨਹੀਂ ਮਿਲਦੇ। ਹੋਰ ਕਿਹੋ ਜਿਹਾ ਭਾਲਦਾ ਤੂੰ ਸੂਟ? ਪੰਜਾਬੀ ਸੂਟ, ਪੰਜਾਬੀ ਸੂਟ।
ਪੰਜਾਬੀ ਸੂਟ ਪੰਜਾਬੀਆਂ ਕੋਲੋਂ ਲੈ, ਮੇਰੇ ਕੋਲ ਨਹੀਂ ਮਿਲਦਾ ਇੱਥੇ, ਭੱਗ ਜਾ ਇੱਥੇ। ਤੂੰ ਭੈਣ ਦੀ ਮਰਾਇਆ ਹੋਵੇਗਾ ਵਿਦੇਸ਼ੀ ਯਾਤਰੀ ਆ ਯਾਰ ਤੂੰ। ਵਿਦੇਸ਼ੀ ਨਹੀਂ ਇਹਦੇ, ਪੰਜਾਬੀ ਸੂਟ ਜਿਹੜੇ ਤੂੰ ਮੰਗਦਾ ਨਾ ਉਹ ਸਿਲਾਈ ਹੁੰਦੀ ਹੈ ਇਹਨਾਂ ਦੀ, ਦਰਜੀ ਕੋਲ ਵਗ ਜਾ ਤੂੰ, ਉੱਥੇ ਸਿਲਵਾ ਲਿਆ। ਦਰਜੀ ਕਹਿੰਦਾ ਮੈਨੂੰ ਕੱਪੜਾ ਲੈ ਜਾ ਕਿਸੇ ਹੋਰ ਦੁਕਾਨ ਤੋਂ, ਤੂੰ ਦਰਜੀ ਕਹਿੰਦਾ ਇੱਥੇ ਰੈਡੀਮੇਡ ਬੰਦਿਆਂ ਦੇ ਕੱਪੜੇ ਮਿਲਦੇ ਆ, ਇਹਦਾ ਇੱਕ ਅੱਧਾ ਕੁੜੀ ਦਾ ਸੂਟ ਰੱਖ ਲਈਦਾ ਕੋਈ ਆ ਜਾਂਦਾ ਜਵਾਕ। ਜਵਾਕ ਐ ਪਊ ਯਾਰ, ਕੁੜੀ ਪਊਗੀ, ਕੁੜੀ ਵਾਲੇ ਸੂਟ ਮਰੀ ਜਾਂਦਾ ਤੂੰ ਵੀ। ਉਹ ਕੁੜੀਆਂ ਜਵਾਕ ਨਹੀਂ ਹੁੰਦੀਆਂ ਬਾਈ। ਉਹ ਉਹਨੇ ਮੈਨੂੰ ਐ ਕਹਿੰਦਾ ਦੁਕਾਨ ਤੋਂ ਸੂਟ ਲੈ ਗਿਆ, ਲੈ ਕੇ ਆ ਦੁਕਾਨ ਤੋਂ, ਤੂੰ ਬਾਹਰ ਵਗ ਜਾ ਓਏ, ਵੱਡਾ ਤੂੰ ਇੱਥੇ ਲਏਗਾ ਮੇਰੇ ਤੋਂ ਕੱਪੜੇ, ਮੈਂ ਚੱਪਲ ਮਾਰ ਕੇ ਸੀਨ ਕੱਢ ਦੂੰ। ਚੱਪਲ ਮਾਰ ਕੇ ਸੀਨ ਨਿਕਲ ਜਾਂਦਾ, ਗੱਲਾਂ ਦੇ ਕਰਦਾ ਬਸ। ਤੂੰ ਵਗ ਜਾ ਭੈਣ ਦੀ, ਖੁਦ ਭੈਣ ਦੀ ਗੱਲਾਂ ਦੇ, ਤੂੰ ਜਾਣਾ ਕੇ ਦੇਵਾਂ ਤੈਨੂੰ ਮੈਂ ਪਤਾਸੇ, ਚੱਲ ਬਣ। ਹਾਏ ਓਏ ਮਾਰਤਾ ਓਏ ਵੱਡਾ ਇਹ, ਮੇਰਾ ਘਰ ਨਾ ਲਾਉਣਾ, ਪਤਾ ਨਹੀਂ ਕਿੱਥੋਂ ਕਿੱਥੋਂ ਆ ਜਾਂਦੇ ਆ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਆ ਤੁਹਾਡਾ? ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ। ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਘੰਟੀ ਵਾਲੇ ਬਟਨ ਨੂੰ ਕਰ ਲਓ ਔਨ, ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ। ਧੰਨਵਾਦ ਜੀ।